ਅਬਦਾਲੀ ਜਿਹੜਾ ਲੁੱਟ ਕੇ ਆਉਂਦਾ ਸੀ ਨਾ, ਉਹ ਆਣ ਕੇ ਪੰਜਾਬ ਦੇ ਵਿੱਚ ਲੁੱਟ ਹੁੰਦਾ ਸੀ ਤੇ ਇਹਨੇ ਪੰਜਾਬ ਨਾਲ ਮੱਥਾ ਲਾ ਲਿਆ। ਇਸ ਕਰਕੇ ਬਖਸ਼ਿਆ ਨਹੀਂ ਜਾਊਗਾ ਕਿਸੇ ਵੀ ਹਾਲਤ। ਅਗਰ ਕੱਲ ਨੂੰ ਇਹਨਾਂ ਨੂੰ 22 ਦੀ ਇਲੈਕਸ਼ਨ ਆਈ, ਪਿੰਡਾਂ ਦੇ ਵਿੱਚ ਆਉਣਗੇ, ਪਾਥੀਆਂ ਮਾਰਾਂਗੇ ਪਿੰਡਾਂ ਦੇ ਵਿੱਚ ਆਇਆਂ ਦੇ, ਇਹਨਾਂ ਦੇ ਕੋਈ ਇੱਦਾਂ ਨਹੀਂ ਇਹਨਾਂ ਨੂੰ ਪਿੰਡਾਂ ਦੇ ਵਿੱਚ ਬਣਨ ਦੇਵਾਂਗੇ। ਇਹੋ ਜਿਹੀ ਗੱਲ ਨਹੀਂ ਕਿ ਇਹ ਸਰਕਾਰ ਬਣਾ ਜਾਣਗੇ ਭੁਲੇਖੇ 'ਚ ਤੁਰੇ ਫਿਰਦੇ ਆ। ਅਜੇ ਤਾਂ ਇਹ ਪੰਜਾਬ ਦੇ ਵਿੱਚ ਵਿਰੋਧ ਹੋ ਰਿਹਾ, ਥੋੜ੍ਹੇ ਦਿਨਾਂ 'ਚ ਦੇਖਿਓ ਜੇ ਇਹ ਨਾ ਇਹ ਕੰਮ ਕੀਤਾ ਪੂਰੇ ਦੇਸ਼ ਵਿੱਚ ਹੋਣਾ ਹੈ, ਪੂਰੇ ਦੇਸ਼ ਵਿੱਚ ਇਹਨਾਂ ਦਾ ਵਿਰੋਧ ਹੋਊਗਾ। ਇਹਨਾਂ ਨੂੰ ਅੱਜ ਇਹ ਪਤਾ ਵੀ ਅੱਜ ਤਾਂ ਚਲੋ ਪ੍ਰਸ਼ਾਸਨ ਵਿੱਚ ਆ ਕੇ ਥੋੜ੍ਹਾ ਬਹੁਤ ਕਰ ਗਿਆ ਟਕਰਾਅ, ਹੁਣ ਬਚ ਗਿਆ। ਇਹ ਤੁਸੀਂ ਹੁਣ ਦੇਖ ਸਕਦੇ ਕਿਸਾਨਾਂ ਦੇ ਹੱਥ 'ਚ ਝੰਡੇ ਤਾਂ ਦਿਸਦੇ ਆ, ਪਰ ਉਹਦੇ 'ਚ ਪਏ ਡੰਡੇ ਨਹੀਂ ਦਿਸਦੇ। ਅਤੇ ਜੇ ਸ਼ਹਿਰ ਜੇ ਇਸ ਮੁਕਤੜ 'ਚ ਜਾਣਗੇ, ਜੇ ਇਸ ਪਿੰਡ 'ਚ ਜਾਣਗੇ, ਇਹਨਾਂ ਇਹਨੇ ਵਿਰੋਧ ਹੋਊਗਾ। ਇਹਨਾਂ ਨੇ ਅੱਜ ਪ੍ਰਸ਼ਾਸਨ ਵਿੱਚ ਗੜੀ ਬਣ ਕੇ ਇਹਨਾਂ ਨੂੰ ਲਚਾ ਲਿਆ, ਨਹੀਂ ਤਾਂ ਇਹਨਾਂ ਦੇ ਲਾਠੀਆਂ ਵੀ ਪੈਣਗੀਆਂ, ਇਹਨਾਂ ਨੂੰ ਬੰਦੇ ਦੇ ਪੁੱਤ ਬਣਾ ਕੇ ਇੱਦਾਂ ਦੇ ਪੁੱਤ ਲਾ। ਦੇਖੋ ਜੀ, ਇਹ ਜਿਹੜੀ ਅੱਜ ਸਾਡਾ ਰੋਸ ਆ, ਬਹੁਤ ਵੱਡਾ ਰੋਸ ਆ। ਇਹ ਜਿਹੜੀ ਮੋਦੀ ਸਰਕਾਰ ਇੱਕ ਪਾਸੇ ਤਾਂ ਕਿਸਾਨਾਂ ਨੂੰ ਮੀਟਿੰਗਾਂ ਲਈ ਬੁਲਾ ਰਹੀ ਆ, ਦੂਜੇ ਪਾਸੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਕੇ ਵਾਰ ਵਾਰ ਇਹ ਮੀਟਿੰਗਾਂ ਕਰਨ ਦੀ ਕੋਝੀ ਸਾਜਿਸ਼ ਰਚ ਰਹੀ ਆ। ਇਹ ਸਾਜਿਸ਼ ਅਸੀਂ ਇਹਨਾਂ ਦੀ ਕਾਮਯਾਬ ਨਹੀਂ ਹੋਣ ਦੇਵਾਂਗੇ, ਕਿਉਂਕਿ ਜਿੰਨਾ ਚਿਰ ਪੰਜਾਬ ਦੇ ਵਿੱਚ ਕਾਲੇ ਕਾਨੂੰਨ ਆਰਡੀਨੈਂਸ ਪੂਰੇ ਮੁਲਕ ਦੇ ਵਿੱਚ ਕੈਂਸਲ ਨਹੀਂ ਕੀਤੇ, ਅਸੀਂ BJP ਦਾ ਅਜੇ ਤਾਂ ਇਹ ਪੰਜਾਬ ਦੇ ਵਿੱਚ ਵਿਰੋਧ ਹੋ ਰਿਹਾ, ਇਹ ਥੋੜ੍ਹੇ ਦਿਨਾਂ 'ਚ ਦੇਖਿਓ ਜੇ ਇਹਨੇ ਨਾ ਇਹ ਕੰਮ ਕੀਤਾ ਪੂਰੇ ਦੇਸ਼ ਵਿੱਚ ਹੋਣਾ ਆ, ਪੂਰੇ ਦੇਸ਼ ਵਿੱਚ ਇਹਨਾਂ ਦਾ ਵਿਰੋਧ ਹੋਊਗਾ। ਇਹਨਾਂ ਨੂੰ ਅੱਜ ਇਹ ਪਤਾ ਵੀ ਅੱਜ ਤਾਂ ਚਲੋ ਪ੍ਰਸ਼ਾਸਨ ਵਿੱਚ ਆ ਕੇ ਥੋੜ੍ਹਾ ਬਹੁਤ ਕਰ ਗਿਆ ਟਕਰਾਅ, ਹੁਣ ਉਹ ਬਚ ਗਿਆ। ਇਹ ਤੁਸੀਂ ਹੁਣ ਦੇਖ ਸਕਦੇ ਕਿਸਾਨਾਂ ਦੇ ਹੱਥ 'ਚ ਝੰਡੇ ਤਾਂ ਦਿਸਦੇ ਆ, ਪਰ ਉਹਦੇ 'ਚ ਪਏ ਡੰਡੇ ਨਹੀਂ ਦਿਸਦੇ, ਕਿਉਂਕਿ ਅੱਜ ਪਹਿਲੀ ਵਾਰੀ ਹੋਇਆ ਆ ਬਈ ਇਹ ਪੰਜਾਬ ਦਾ ਨੌਜਵਾਨ ਬਹੁਤ ਵੱਡੇ ਪੱਧਰ 'ਤੇ ਕਿਸਾਨੀ ਧਰਨਿਆਂ 'ਚ ਆ ਰਿਹਾ। ਦੇਖੋ, ਇਹ ਜੋਸ਼ ਦੇ ਨਾਲ ਹੋਸ਼ ਜ਼ਰੂਰ ਚਾਹੀਦਾ, ਪਰ ਹੋਸ਼ ਦੀ ਵੀ ਇੱਕ ਸੀਮਾ ਹੁੰਦੀ ਆ, ਇੱਕ ਨਾ ਇੱਕ ਦਿਨ ਇਹ ਹੋਸ਼ ਵੀ ਟੁੱਟ ਜਾਣਾ ਆ। ਅਤੇ ਅਸੀਂ ਤਾਂ ਇਹੋ ਹੀ ਚੇਤਾਵਨੀ ਦੇਵਾਂਗੇ, ਹੁਣ ਬੇਨਤੀ ਨਹੀਂ ਕਹਿ ਸਕਦੇ, ਇਹਨੂੰ ਚੇਤਾਵਨੀ ਦੇਵਾਂਗੇ, ਜੇ ਨਹੀਂ ਇਹ ਕੰਮ ਨਾ ਰੁਕਿਆ ਆਉਣ ਵਾਲੇ ਦਿਨਾਂ 'ਚ ਮਾਹੌਲ ਬਹੁਤ ਜ਼ਿਆਦਾ ਵਿਗੜੂਗਾ। ਉਹਦੀ ਜਿਹੜੀ ਜ਼ਿੰਮੇਵਾਰ ਹੋਊਗੀ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਹੋਊਗੀ, ਜੋ ਵੀ ਨੁਕਸਾਨ ਪੰਜਾਬ ਦਾ ਹੁੰਦਾ ਜਿਸ ਮਾਹੌਲ ਵੱਲ ਵੀ ਜਾਂਦਾ। ਤਾਂ ਇਹੋ ਸਿਕਿਉਰਿਟੀ ਦੇ ਵਿੱਚ ਆਣ ਕੇ ਨਾ ਇੱਥੇ ਮੀਟਿੰਗਾਂ ਕਰ ਰਹੇ ਆ। ਅਗਰ ਕੱਲ੍ਹ ਨੂੰ ਇਹਨਾਂ ਨੂੰ 22 ਦੀ ਇਲੈਕਸ਼ਨ ਆਈ, ਪਿੰਡਾਂ ਦੇ ਵਿੱਚ ਆਉਣਗੇ, ਪਾਥੀਆਂ ਮਾਰਾਂਗੇ ਪਿੰਡਾਂ ਦੇ ਵਿੱਚ ਆਇਆਂ ਦੇ, ਇਹਨਾਂ ਦੇ ਕੋਈ ਇੱਦਾਂ ਨਹੀਂ ਇਹਨਾਂ ਨੂੰ ਪਿੰਡਾਂ ਦੇ ਵਿੱਚ ਬਣਨ ਦੇਵਾਂਗੇ। ਇਹੋ ਜਿਹੀ ਗੱਲ ਨਹੀਂ ਕਿ ਇਹ ਸਰਕਾਰ ਬਣਾ ਜਾਣਗੇ ਭੁਲੇਖੇ 'ਚ ਤੁਰੇ ਫਿਰਦੇ ਆ। ਮੋਦੀ ਸਾਹਿਬ ਨੂੰ ਇਸ ਗੱਲ ਦੀ ਕਲੀਅਰਟੀ ਚਾਹੀਦੀ ਆ ਕਿ ਅਜੇ ਤੱਕ ਅਬਦਾਲੀ ਜਿਹੜਾ ਲੁੱਟ ਕੇ ਆਉਂਦਾ ਸੀ ਨਾ, ਉਹ ਆਣ ਕੇ ਪੰਜਾਬ ਦੇ ਵਿੱਚ ਲੁੱਟ ਹੁੰਦਾ ਸੀ ਤੇ ਇਹਨੇ ਪੰਜਾਬ ਨਾਲ ਮੱਥਾ ਲਾ ਲਿਆ। ਇਸ ਕਰਕੇ ਬਖਸ਼ਿਆ ਨਹੀਂ ਜਾਊਗਾ ਕਿਸੇ ਵੀ ਹਾਲਤ।